चलें जी, खाना हमने खा लिया, अब हम वापस जा रहे हैं जहाँ हम ठहरे हैं। तो रस्ते में शायद एक दो मार्केट खुली हो तो मैं लूँगी टोस्ट, साथ सलामी वगैरह ले लूँगी कि लेट नाइट अगर बच्चों को भूख लगे तो वो खा सके। ये देखे ना काफ़ी दुकानें खुली हैं, मैंने ऐसे 8 बज गए तो बंद हो गई पर खुलियाँ ने, साढ़े तो 8 बजे ठा बंद कर छड़े ने, रखन जनाब वो चीज़ा अंदर रखन देने बंद ही ना जो दुकान। जी ये तुर्की मार्केट आ गई है, ग्रोसरी ग्रोसरी है। पहले जो उस दुकान पर जाते हैं वो तो बंद कर दी थी, उसे केले टंगे ने जो थारे खुली मतलब पूरी फल वाली ग्रोप्स भी लेने, तो थोड़े फल भी लेने। ये देखिए जी फ्रेश फल लगे हैं। आप ही आगे चलो आप, ये देखिए माल्ट है जी, हर किस्म का फल, केले असली ने असली ने, बनाना भी ले लो बनाना। जैसे रोटियां पड़ी हुई हैं इधर से भी रोटी ले सकते हैं, सलामी ले लो सारा कुछ लग जाना, मैं भी चीजें चुके ले आई सच्ची केजे लेने लोग मां ना लोग दूध पे डालने के लिए देख लो इधर भी है सुबह बनाना पास्ता उसके लिए रख के है नहीं वैसे उसे दम पे लगा रख रहे ना ढक्कन देके। चले जी इधर से मैं फ्रूट टुक ले लिया, मैं कहा चलो बच्चे ले खा लेंगे, और सानू ऐसी इतने जब पाकिस्तान जर्मनी से ग्रोसरी करके उन जी छापर भर ली है सच्ची हद मुक्की पई। चलो चले विशाल, तकरीबन ओही रेट ने जो जर्मनी में। इतने मूलियां वेखो कि छोटिया छोटिया ने ए मूलियां, पहली बार वेखिया ने मैं छोटी छोटी मूलियां। चलो आ जाओ, चलो जी अस हम चलने उत्थे घर, तो हूँ नहीं मिला दा सी रुकना में क्योंकि हूँ असं जाके थोड़ा रेस्ट करने, सफ़र भी किया खाना पी भी खा लिया, सुबह निकलेंगे इंशाल्लाह ताला। रात के 10:30 बज गए हैं और फिर हम निकल पड़े हैं आवारागर्दी करने के लिए, सानू कि असं पैसे लाए ने असं पैसे पूरे करके जा रहे हैं, असं इसलिए फिर दोबारा पूरी फैमिली माशाल्लाह निकल पड़ी है अपने चक्कर में रौन लगाने। वैसे हम जा रहे हैं खाना पीना कुछ नहीं, बस थोड़ा जा विजिट कर लिए, थोड़ा जा कहने ना वेख चा कहिए असं निकले बाहर 11 बजे तो सानू कुछ नहीं पता चला थे किधर जाना है किधर नहीं है, लाइना भी नहीं ना होंगी पीछे हारन खान दें कि गड्डी चलाओ सच्ची अपना शहर अपना ही होंगे है। चलो कोई नहीं तजर्बे करने चाहिए तजर्बे। ਮੈਂ ਨਾ ਇੱਥੇ ਪਤਾ ਹਿਸਾਬ ਲਾਇਆ ਵੀ ਇੱਥੇ ਨਾ 11 ਵਜੇ ਤੱਕ ਦੁਕਾਨਾਂ ਖੁੱਲੀਆਂ ਜੀ, ਆਹੋ ਨਹੀਂ ਤੁਰਕੀਆਂ ਦੀ ਦੁਕਾਨ, ਤੁਰਕੀਆਂ ਦੀ ਹੋਟਲ ਵਗੈਰਾ ਤੇ ਹੈ ਹੀ ਹੈ ਨੇ, ਖਾਣ ਪੀਣ ਦੇ ਜਿਹੜੇ ਹੁੰਦੇ ਨੇ ਗਰੋਸਰੀ ਵਾਲੀ ਦੁਕਾਨ ਉਹ ਵੀ ਸਾਰੀਆਂ ਖੁੱਲੀਆਂ ਨੇ, ਸਾਡੇ ਤੇ ਇਸ ਟਾਈਮ ਜਰਮਨੀ ਚ ਲੋਕੀ ਅੱਧੇ ਸੁੱਤੇ ਹੁੰਦੇ ਨੇ ਤੇ ਇੱਥੇ ਬੜੀ ਰੌਣਕ ਮੇਲਾ ਲੱਗਦਾ ਜੇ ਜੇ ਪਾਕਿਸਤਾਨ ਦਾ ਮਾਹੌਲ ਲੱਗਦਾ, ਅਸੀਂ ਪਤਾ ਨਹੀਂ ਜੇ ਨਹੀਂ ਬਣਾ ਲਿਆ ਸੀ ਪਾਕਿਸਤਾਨ ਚ, ਸਾਨੂੰ ਉਂਝ ਦੀ ਫੀਲਿੰਗ ਹਰ ਪਾਸੋਂ ਆਉਂਦੀ ਪਈ ਹੈ, ਵੇਖ ਕਿੰਨਾ ਰੌਣਕ ਮੇਲਾ ਲੱਗਦਾ ਨਾ ਤੁਹਾਨੂੰ, ਬਹੁਤ ਆਉਂਦੇ
ਅਸੀਂ ਤਾਂ ਬਸ ਵੈਸੇ ਰਾਤ ਦਾ ਨਜ਼ਾਰਾ ਵੇਖਣ ਆਏ ਆ। ਲੇਕਿਨ ਮੈਂ ਇਹ ਕਹਿਣਾ ਚਾਹ ਰਹਾ ਕਿ ਮੈਨੂੰ ਆ ਬੜਾ ਡਰ ਦੋਸ਼ ਪੂਏ ਨੇ। ਹਾਂ ਇੱਥੇ ਪਤਾ ਕਿ ਉਹਨਾਂ ਨੇ ਨਾ ਲਾਈਨਾਂ ਹੀ ਨਿਵਾਈਆਂ ਹੈ ਹੁਣ ਇਹ ਪੂਰੀ ਨਾ ਦੇ ਦੋ ਗੱਡੀਆਂ ਚੱਲਦੀਆਂ ਲੇਕਿਨ ਦਰਮਿਆਨ 'ਚ ਇੱਕ ਲਾਈਨ ਆਉਂਦੀ ਨੂੰ ਹੈ ਹੀ ਨਹੀਂ ਅਤੇ ਗੱਡੀ ਚਲਾਉਣੀ ਬਹੁਤ ਟਫ ਹੈ ਤੁਹਾਡੀ ਹਿੰਮਤ ਚਲਾਉਣ ਦੇ ਸਮਝ ਨਹੀਂ ਆਉਂਦੀ ਨਾ ਟੈਕਸੀਆਂ ਵੇਖ ਨਾ ਵਿਚਾਰੇ ਰੰਗ ਭਰੰਗੀਆਂ। ਹਾਂ ਮੈਂ ਬਾਹਰ ਖਲੋਤੇ ਨੇ ਹੈਂਡੀਆਂ ਫੜ ਕੇ ਨਜ਼ਰ ਆਉਣ ਦੇ ਕਿੰਨਾ ਕੰਮ ਹੈ। ਚਲੇ ਜੀ ਹੁਣ ਜਹਾਂ ਵੀ ਪਹੁੰਚ ਗਏ ਹੈ ਪਤਾ ਨਹੀਂ ਇਹਨੂੰ ਕੀ ਕਹਿੰਦੇ ਨੇ ਬੜਾਵੇ ਨੂੰ ਪਰ ਮਜ਼ਾ ਬੜਾ ਆ ਰਿਹਾ ਵੀ ਰੌਣਕ ਰੌਣਕ ਸੱਚੀ ਲੱਗਦਾ ਨਹੀਂ ਇੱਥੇ ਟਾਈਮ ਇੰਨਾ ਹੋ ਗਿਆ। ਚਲੇ ਜੀ ਸੁਬਾਹ ਸੁਬਾਹ ਹੋ ਗਈ ਮਾਮੂ ਮਾਮੂ ਪਰ ਥੋੜ੍ਹੇ ਪਰੇ ਕਰਕੇ ਵੇਖੀਏ ਅਸੀਂ ਕਾਫੀ ਲੇਟ ਉੱਠੇ ਹਾਂ ਮੈਨੂੰ ਤਾਂ ਇਹ ਲੱਗਦਾ ਸੀ ਪੈਸੇ ਦੇ ਕੇ ਨਾ ਸੋਨਾ ਆਏ ਆ ਪੈਰਿਸ ਵਿੱਚ ਬੱਚੇ ਸੁੱਤੇ ਸਾਨੂੰ ਬੈਠਾ ਆਇਆ ਵੇ ਸਾਡੇ 11 ਦਾ ਟਾਈਮ ਹੋ ਗਿਆ ਇੱਥੇ ਤਾਂ ਇੰਨਾ ਕੰਮ ਸ਼ੋਰ ਹੀ ਇੰਨਾ ਇੱਥੇ ਆਉਂਦਾ ਵੇ ਅਤੇ ਮੈਂ ਰੱਖੀ ਚਾਹ ਕਰਦਾ ਪੜਦੇ ਪਰ ਹਾਂ ਮੈਂ ਕਰਾਂਗੀ ਅਤੇ ਫਿਰ ਹੀ ਉੱਠਣਗੇ ਨਾ ਫਿਰ ਚਾਹੇ ਕੋ ਆ ਗਿਆ ਬਾਲਾ ਸੁਬਾਹ ਸੁਬਾਹ ਦੂਧ ਡਾਲੇ ਆਜ ਮੈਂ ਕਿ ਦੂਧ ਕੀ ਚਾਹੇ ਪੀਊਂਗੀ ਖੋਲ ਜਾ ਪਤਾ ਨਹੀਂ ਤੂੰ ਕਿਉਂ ਸਮੈਲ ਆਉਂਦੀ ਪਿਆਜ਼ਾਂ ਦੀ ਪਿਆਜ਼ਾਂ ਦੀ ਕਿਉਂ ਸਮੈਲ ਆਉਂਦੀ ਫਰਿੱਜ 'ਚ ਪਿਆਜ਼ ਨਹੀਂ ਰੱਖੇ ਕਿਤੇ ਬਸ ਕਰਾਂ ਦੁੱਧ ਹੈ ਨਾ ਘਰ ਹੀ ਪਈ ਹੁੰਦੀ ਹੈ ਉਹ ਪਿਆਜ਼ ਕੱਟਿਆ ਪਿਆ ਨਾ ਕੱਟੇ ਪਿਆਜ਼ ਹੀ ਆਉਂਦੀ ਸਮੈਲ ਸਲਾਦ ਜਿਹੜਾ ਰੱਖਿਆ ਖਾਣਾ ਖਾ ਕੇ ਪੈਕ ਕਰਾ ਕੇ ਨਾਲ ਲੈ ਬਾਕੀ ਇਹਦੀ ਹੋਣੀ ਕੁਛ ਥੋੜੇ ਜਿਹੇ ਬਰਤਨ ਹੋਏ ਸਨ ਮੈਂ ਧੋ ਲੈਣੇ ਹੱਥ ਨਾਲ ਤੇ ਟੋਸਟ ਸੀ ਕੱਲ ਉੱਥੋਂ ਤੁਰਕੀਆਂ ਕੋਲ ਲੈ ਆਏ ਸਨ ਹੁਣ ਬੱਚੇ ਉੱਠ ਕੇ ਖਾ ਲੈਣਗੇ ਆਪਣੇ ਹਿਸਾਬ ਨਾਲ ਨਾਸ਼ਤਾ ਹਲਕਾ ਫੁਲਕਾ ਕਰਾਂਗੇ ਬਾਕੀ ਬਾਅਦ 'ਚ ਜਾ ਕੇ ਖਾਣਾ ਖਾਣਗੇ ਮੈਂ ਵਾਪਸ ਰੱਖ ਦਿੱਤੇ ਫਰਿੱਜ ਵਿੱਚ ਥੋੜੇ ਜਿਹੇ ਮੈਂ ਵਾਪਸ ਰੱਖ ਦਿੱਤੇ ਹੈ ਇਹ ਮੈਂ ਬਿਸਕਿਟ ਲੈ ਕੇ ਆਈ ਸੀ ਕੱਲ ਚਾਹ ਕੇ ਸਾਫ ਸੁਬਹਾ ਸੁਬਹਾ ਪੀ ਬਿਸਕੁਟ 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 ਹੁਣ ਕਿਹਦੇ ਨਾਲ ਖਾਣੀ ਕਿੰਨੇ ਖਾਣੀ ਤੁਸੀਂ ਹੈਲੋ ਚਾਹ ਪੀਓ ਇੱਥੇ ਪਰਾਂਠੇ ਬਣਾਉਣੇ ਹੀ ਆਏ ਮੈਂ ਚਲੋ ਮੈਂ ਆਪਣੀ ਚਾਹੇ ਪਾ ਲੈਣੀ ਫਿਰ ਤੁਹਾਨੂੰ ਚੀਨੀ ਪਾ ਲਈ ਹੈ ਨਾ ਕਿੰਨੀ ਪਤੀਲੀ ਭਾਰੀ ਹੈ ਠਹਿਰੋ ਕੱਪ ਬਹੁਤ ਵੱਡੇ ਨੇ ਮੇਰਾ ਤਾਂ ਕਰਿਓ ਬੇਟੇ ਬਹੁਤ ਜ਼ਿਆਦਾ ਮੈਨੂੰ ਲੱਗਦਾ ਮੈਂ ਉੱਤੇ ਕਰਾਂ ਇਹਨਾਂ ਇੰਨੀ ਵੀ ਦੋਰੀ ਪਾਈ ਹਾਂ ਸਹੀ ਥੋੜੀ ਹੋਰ ਪਾ ਦਾਂਗੇ ਇਹ ਚਮੜੀ ਦੀ ਡਿਵੀ ਨੂੰ ਤਜਰਬਾ ਨਹੀਂ ਹੈ ਸਹੀ ਹੈ ਮੇਰੀ ਰਾਤ ਵੀ ਕਾਫੀ ਮਿੱਠੀ ਸੀ ਲੇਕਿਨ ਫਿਰ ਮੈਂ ਕਿਹਾ ਜ਼ਿਆਦਾ ਮਿੱਠੀ ਸੀ ਆਹੋ ਚਮਚੇ ਨਾਲ ਨਾ ਸਾਫ ਸਾਫ ਰੱਖਦੇ ਛੋਟਾ ਜਿਹਾ ਮਠਿਆਈ ਨਹੀਂ ਮੈਨੂੰ ਹੁੰਦਾ ਵਈ ਨਹੀਂ ਕਿੰਨੀਆਂ ਕਰਾਂਗੇ ਜਨਾਬ ਬਸ ਆਖਰੀ ਜਾਣਦੇ ਮੈਨੂੰ ਇੱਥੇ ਹਲਕੀ ਹਲਕੀ ਮਾਰ ਲਓ ਨਾਰਮਲ ਦੀ ਜ਼ਰੂਰਤ ਨਹੀਂ ਹੈ
ਤੇ ਲੇਕਿਨ ਫੇਰ ਵੀ ਤਸੱਲੀ ਨਹੀਂ ਨਾ ਹੁੰਦੀ ਕਿਹੜਾ ਜੈਕਟਾਂ ਪਾਣੀਆਂ ਨੇ ਤੇ ਫਿਰ ਨਜ਼ਰ ਨਹੀਂ ਆਉਂਦੀਆਂ ਅੱਛਾ ਨਹੀਂ ਲੱਗਦਾ ਵਿਸ਼ਾਲ ਨਾ ਆਉਂਦੀ ਨਾ ਤੁਸੀਂ ਉਸ ਤੋਂ ਬਾਅਦ ਤੁਸੀਂ ਹੁਣ ਵਾਸ਼ਰੂਮ 'ਚ ਜਾਣਾ ਸਹੀ ਓਕੇ ਹੈ ਗੱਲੀਆਂ ਵਿਸ਼ਾਲ ਆਪਣੀ ਚਾਏ ਰੱਖ ਕੇ ਗਈ ਹੈ ਤਿੰਨ ਤੇ ਤਿੰਨ ਤਿੰਨ ਹੀ ਨਾ ਅਤੇ ਦੋ ਤਾਂ ਰੱਖ ਕੇ ਗਈ ਹੈ ਨਹਾਉਣ ਚਲੇ ਗਈ ਕਿ ਮੈਂ ਉਤਨੇ ਵਿੱਚ ਚਾਏ ਬਣ ਜਾਏਗੀ ਅੱਛਾ ਵੇਖੋ ਨਾ ਮੈਂ ਟੋਸਟ ਖੋਲੇ ਨੇ ਸੁਬਹਾ ਇਹਦਾ ਨਾ ਬੰਦ ਕਰਨ ਦੇ ਵਿੱਚ ਵੇਖੋ ਇੰਨੀ ਸਖ਼ਤ ਜਿਹੀ ਤਾਰ ਹੈ ਵੇਖੋ ਨਜ਼ਰ ਆਉਂਦੀ ਤੁਹਾਨੂੰ ਤਾਰ ਉੱਥੇ ਇੰਨੀ ਇੱਡੀ ਸੋਫਟ ਜਿਹੀ ਆਏ ਖੁੱਲ੍ਹਣ ਹੀ ਨਹੀਂ ਸੀ ਆਹ ਤਾਂ ਮੈਨੂੰ ਆ ਲੈ ਮੇਰੇ ਅਸੀਂ ਮੈਂ ਸਾਫ ਪਤਾ ਕੀ ਲੈ ਨੌ ਚ ਵਜ ਜਾਣਾ ਹਾਂ ਦੋਨਾਂ ਸੀ ਤੁਹਾਡੀ ਗੱਲ ਦੇ ਹਿਸਾਬ ਨਾਲ ਲੱਗਦੇ ਆ ਕਿ ਜਦੋਂ ਅਸੀਂ ਫਰਾਂਸ ਨਹੀਂ ਆ ਨਹੀਂ ਕਿਉਂ ਨਹੀਂ ਆ ਅੱਛਾ ਜੀ ਇਹ ਵਾਲਾ ਇੱਕ ਮਿੰਟ ਜੀ ਇਹ ਮੇਰਾ ਆਊਟਫਿਟ ਹੈ ਸੇਮ ਸ਼ਾਲ ਜੋ ਟੂ ਪੀਸ ਆ ਉਹ ਪਹਿਨਣਾ ਮੈਨੇ ਇਹ ਵਾਲਾ ਪਹਿਨਣਾ ਬਲੈਕ ਮੇ ਔਰ ਆਫੀਆ ਨੇ ਇਹ ਪਹਿਨਣਾ ਫਾਨ ਸਾਹਿਬ ਕੇ ਉੱਪਰ ਫਾਨ ਸਾਹਿਬ ਨੂੰ ਇਹ ਕਿ ਨਾ ਹੀ ਬਾਹਰ ਜਾਣਾ ਪਏ ਹੈ ਨਾ ਫਾਨ ਹਾਂ ਇਹ ਆਫੀਆ ਗਿਆ ਜੀ ਮੈਨੇ ਕਿਹਾ ਚਲੋ ਬਲੈਕ ਨਹੀਂ ਬਲੂ ਲਾਈਨੋ ਵਾਲਾ ਸੇਮ ਹੋ ਜਾਏਗਾ ਤੋ ਬਾਹਰ ਬੜੀ ਗਰਮੀ ਹੈ ਇੱਧਰ ਕਰਨਾ ਕਿ ਇਹਦੇ ਤਾਂ ਆਵਾਜ਼ ਹੀ ਇੰਨੀ ਜ਼ਿਆਦਾ ਆ ਲੈ ਆ ਮੈਂ ਨਾ ਪੱਖਾ ਇੰਜ ਤੋੜ ਦੇਣਾ ਇਹਨਾਂ ਦਾ ਬਿਖਾਬ ਮੈਨੂੰ ਪਤਾ ਮੇਰੇ ਘਰ ਨਹੀਂ ਆ ਹਾਏ ਹਾਏ ਮਰੋੜਾ ਗਿਆ ਮੇਰੇ ਫੜੇ 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 ਬੰਦ ਕਰ ਦੇ ਬੰਦ ਕਰਕੇ ਨਾ ਕਿਆ ਕਹਿ ਰਹੀ ਹੋ ਮੈਂ ਨਾ ਵਿਸ਼ਾਲ ਹੋਰਾਂ ਦੇ ਕਮਰੇ 'ਚ ਦੋ ਵਾਰੀ ਪੱਖਾ ਮੈਂ ਹੀ ਡਿੱਗਿਆ ਹਾਂ ਇਹ ਮੇਰਾ ਹੀ ਕਮਾਲ ਹੈ ਇਹ ਹੋਰ ਕੋਈ ਕਰ ਹੀ ਨਹੀਂ ਸਕਦਾ ਇਹ ਇਹਨਾਂ ਦੇ ਪੱਖਾ ਵਿਚਾਰਾ ਨਾ ਤਾਂ ਸਾਈਡ 'ਤੇ ਰੱਖੋ ਨਹੀਂ ਤਾਂ ਮੈਂ ਤੋੜ ਤੂੜ ਜਾਣਾ ਜੇ ਚਲੋ ਜੀ ਕੱਪੜੇ ਛੱਪੜੇ ਇਸਤਰੀ ਹੋ ਗਏ ਨੇ ਅਤੇ ਜੁੱਤੀਆਂ ਲਾਈਨਾਂ 'ਚ ਲੱਗ ਗਈਆਂ ਅੱਛਾ ਤੁਸੀਂ ਕਿਤੇ ਆਉਂਦੇ ਨਾ ਉੱਥੇ ਵੀ ਤੁਹਾਨੂੰ ਹੁੰਦਾ ਲੈਣ 'ਚ ਹਰ ਚੀਜ਼ ਲੱਗੇ ਪਰ ਜਿੰਨਾ ਵੀ ਤੁਸੀਂ ਮੈਨੇਜ ਕਰ ਲਓ ਨਾ ਫਿਰ ਉਹ ਵਾਲਾ ਹਿਸਾਬ 'ਤੇ ਨਹੀਂ ਰਹਿੰਦਾ ਹੈ ਮੇਰੇ ਵੱਲ ਕਰੋ ਬੜੀ ਗਰਮੀ ਹੈ ਥੋੜ੍ਹਾ ਇੱਧਰ ਖੜ੍ਹਾ ਕਰੋ ਇਹਨੂੰ ਨਾ ਫੇਰਵਾਂ ਨਾ ਕਰੋ ਹਾਂ ਹਵਾ ਤੇ ਆਂਦੀ ਨਹੀਂ ਹੈ ਟਿਚਕੂ ਟਿਚਕੂ ਕਰਦਾ ਜਿੰਨੇ ਉਹਨੂੰ ਤੂੰ ਠੁੱਡੇ ਮਾਰੇ ਉਹ ਸ਼ੂਗਰ ਤੈਨੂੰ ਅੱਗੋਂ ਬਿਲਕੁਲ ਨਹੀਂ ਕਹਿੰਦੇ ਸੱਚੀ ਤਿੰਨ ਵਾਰੀ ਮੈਂ ਵਿਚਾਰੇ ਨੂੰ ਡੇਗ ਛੜਿਆ ਚਲੋ ਜੀ ਸੋਫਾ ਵੀ ਆਂਦੇ ਘਰ ਛੱਡ ਦੇ ਖੜਾ ਆ ਜਾ ਇਧਰ ਗਰਮੀ ਲੱਗਣ ਦੇ ਇਹ ਤੇ ਨਹੀਂ ਮੈਂ ਉਹ ਨਾ ਵਾਸੇ ਪਰ ਫਿਰ ਨਾ ਹਾਂ ਹਾਂ ਅੱਛਾ ਮੈਂ ਨਹੀਂ ਨਾ ਪਤਾ ਨਹੀਂ ਕਦੋਂ ਮੈਂ ਕਦੀ ਪਾਇਆ ਕਿ ਨਹੀਂ ਮੈਂ ਕੱਲ ਦਾ ਪਾ ਕੇ ਨਾ ਮਨੋ ਆਇਆ ਨਹੀਂ ਜੀ ਜੀ ਮੈਂ ਅੱਬੂ ਜੀ ਅੱਬੂ ਜੀ ਅੱਬੂ ਜੀ ਅੱਬੂ ਜੀ ਥਕਾਵਟ ਲੱਥ ਗਈ ਹੈ ਤੇ ਤਰਬੂਜ਼ ਅਸੀਂ ਕੱਲ ਲੈ ਕੇ ਸਰ ਰਾਤੀ ਤੇ ਬੌਲ ਹੈ ਨਹੀਂ ਸੀ ਦੇਖ ਚ ਕੱਟ ਲਿਆ ਤੇ ਫਾਨ ਸਾਹਿਬ ਨੇ ਕਟਵਾਇਆ ਇਹਨੂੰ ਬੜੇ ਪਸੰਦ ਨੇ ਖਾ ਲਏ ਇਹ ਨਿਕਲ ਪਤਾ ਹੀ ਨਾ ਮੈਂ ਮੇਨ ਮੈਨੂੰ ਇਸਤਰੀ ਲੈ ਲਿਆ ਚੁੱਲ੍ਹੇ ਲੈ ਲਿਆ ਮੈਂ ਇਹਦੀ ਚੀਜ਼ਾਂ ਚੁੱਕ ਲੈ ਖੈਰ ਕੋਈ ਨਹੀਂ ਹੁਣ ਸਾਡਾ ਟਾਈਮ ਬੜਾ ਸੋਹਣਾ ਲੰਘਣ ਦਿਆ ਵੀ ਅੱਜ ਜ਼ਰੂਰਤ ਹੋਈ ਤਾਂ ਅਸੀਂ ਲੈ ਆਵਾਂਗੇ ਜਾ ਕੇ ਸਹੀ ਹੈ ਅਤੇ ਬੱਚੇ ਤਿਆਰ ਹੋ ਗਏ ਨੇ ਫਾਨ ਸਾਹਿਬ ਵੀ ਤਿਆਰ ਹੋ ਗਿਆ ਮੈਂ ਆਪ ਤਿਆਰ ਹੋ ਗਈ ਮੇਰਾ ਸੇਮ ਟੂ ਸੇਮ ਅਸੀਂ ਦੋਵਾਂ ਨੇ ਪਾ ਲਿਆ ਜੇ ਦੇਖੇ ਜੀ ਸੇਮ ਡਿਜ਼ਾਇਨ ਇਸ ਕਾ ਪਜਾਮਾ ਸ਼ਰਟ ਹੈ ਮੇਰੀ ਫਰਾਕ ਹੈ ਔਰ ਆਫੀਆ ਵਹਾਂ ਬੈਠੀ ਹੈ ਤੇ ਅਸੀਂ ਬਸ ਖਾ ਕੇ ਠੰਡਾ ਠੰਡਾ ਅਸੀਂ ਨਿਕਲ ਜਾ ਅਸੀਂ ਬੜੇ ਲੇਟ ਹੋ ਗਏ ਅਸੀਂ ਘਰੋਂ ਨਾ ਸੈਰ ਸਪਾਟਾ ਕਰਨ ਆਏ ਆ ਲੇਕਿਨ ਅਸੀਂ ਟਾਈਮ ਹਾਂ ਨਜ਼ਰ ਕੀ ਹੋਇਆ ਵੇ ਬਾਈਕ ਇਹ ਵੇਖੋ ਇੰਜ ਤੁਰੇ ਫਿਰਦੇ ਨੇ ਪਿਓ ਪੁੱਤਰ ਆ ਵੇਖੋ ਇਹ ਟਾਈਮ ਹੋ ਗਿਆ ਜੇ ਅਸੀਂ ਨਾ ਸੱਤੀ ਸਵੇਰੇ ਨਿਕਲਣਾ ਸੀ ਸੱਤੀ ਸਵੇਰੇ ਕਿੱਥੇ ਨਿਕਲਣਾ ਹਾਂ
ਚਲੋ ਜੀ ਕੋਈ ਗੱਲ ਨੀ, ਖੈਰ ਏ ਟਾਈਮ ਮਤਲਬ ਫੈਮਿਲੀ ਦੇ ਨਾਲ ਸਪੈਂਡ ਕਰਨ ਦੇ ਨਾ, ਕਿਹੜਾ ਇਕੱਲੇ ਇਕੱਲੇ ਆ। ਹਾਂ ਮਾਸ਼ਾਅੱਲਾ ਮਾਸ਼ਾਅੱਲਾ ਹੈ, ਬੜਾ ਮਿੱਠਾ ਹੈ। ਅਸੀਂ ਹੋ ਗਏ ਰੈਡੀ, ਬੱਚੇ ਵੀ ਹੋ ਗਏ ਰੈਡੀ, ਮੈਂ ਘੜੀ ਪਾ ਲਈ। ਇਹ ਦੇਖੇ ਮੇਰੀ ਘੜੀ, ਮੇਰੇ ਸਾਥ ਮੇਰਾ ਸਾਰਾ ਕੁਛ ਮੇਰੇ ਕੋਲ। ਟੀ ਵੀ ਪੱਖਾ ਬੰਦ ਕਰ ਦਿਓ, ਫਿਰ ਵਾਪਸ ਆਫੀ ਆਪਣਾ ਹੈਂਡੀ ਪਕੜੋ, ਆ ਜਾਓ ਚਲੇ ਜੀ। ਅਭੀ ਠਹਿਰੋ ਦਾਦਾ ਬੂ ਠਹਿਰੋ, ਸਭ ਆਨੇ ਦਿਓ। ਹਾਂਜੀ ਚਾਬੀ ਦਾ ਬੜਾ ਸ਼ੌਕੀਨ ਹੈ ਸਾਡਾ ਛੋਟੂ ਚੁਟਕੂ, ਇਹਦਾ ਪਜਾਮਾ ਵੇਖੋ ਤੁਸੀਂ। ਕਹਿੰਦੇ ਮਾਮਾ ਆਪਨੇ ਇਹ ਮੇਰਾ ਹਾਫ ਪੈਂਟ ਨਹੀਂ ਲਾਈ, ਪੂਰਾ ਪਜਾਮਾ ਲੈ ਆਈ ਆਪਣਾ। ਸ਼ਰਟ ਮੈਂ ਦਿਖਾਈ ਤੀ ਸ਼ਾਇਦ ਪਹਿਲੇ, ਬਾਅਦ ਆ ਕੇ ਪਹਿਨੀ ਹੈ। ਹਾਂਜੀ ਡਰ ਮੈਂ ਬਾਬਾ। ਚਲੋ ਸਾਡੀ ਮੈਡਮ ਨਾਲ ਸਨ ਕਰੀਮ ਲਗਵਾਉਣ ਦੇ ਆਫੀ ਠਹਿਰੋ। ਹੈ ਚਲੋ ਨਿਕਲੋ ਬਾਹਰ। ਪੰਜਾਬੀ ਦੀ ਕਹਾਵਤ ਮਸ਼ਹੂਰ ਏ ਕਿ ਕਾਲੇ ਅੱਲਾ ਨੂੰ ਪਿਆਰੇ ਗੋਰੇ ਫਲਾਣੇ ਫਲਾਣੇ। ਚਲੋ ਹਾਂਜੀ ਚਲੋ ਚੰਨੀ ਆ। ਯਹਾਂ ਪੇ ਨਾ ਬਿਲਡਿੰਗੇ ਤਿਆਰ ਹੋ ਰਹੀ ਹੈ ਔਰ ਯੇ ਇਸਕਾ ਵਿਊ ਹੈ, ਬੜਾ ਅਜੀਬ ਸਾ। ਯਹਾਂ ਪੇ ਥੋੜਾ ਦੂਸਰੀ ਤਰਫ ਠੀਕ ਹੈ, ਦੂਸਰੇ ਕਮਰੇ ਕੀ ਤਰਫ ਯੇ ਬੜਾ ਕੰਮ ਚੱਲ ਰਿਹਾ ਹੈ। ਕਿਆ ਬਿਲਡਿੰਗ ਲਾਦਾ ਬਣਾਉਣ ਦੇ ਆਹੋ, ਜਿੰਨਾ ਖਲਾਰਾ ਪਾਏ ਬੰਬ ਹੀ ਲੱਗਦਾ ਬਣਾਉਣਾ ਇਹਨਾਂ ਨੇ। ਚਲੋ ਨਿਕਲੋ, ਇੰਨੀਆਂ ਸੀੜੀਆਂ ਉਤਰਨੀਆਂ ਨੇ, ਡਿੰਗੀਆਂ ਭੜੀਆਂ। ਮੈਨੂੰ ਬਹੁਤ ਡਰ ਆਉਂਦਾ ਸੱਚੀ। ਜ਼ਿੰਦਗੀ ਕਿਹਨੂੰ ਨੀ ਪਿਆਰੀ, ਹੈਂ ਬੜੀ ਪਿਆਰੀ ਸ਼ੈ, ਬੰਦੇ ਨੇ ਐਵੇਂ ਡਰ ਲੱਗਾ ਰਹਿੰਦਾ। ਇਹ ਦੇਖੇ ਜੀ ਚਲੇ ਜੀ, ਇੱਕ ਕਿੰਨਾ ਫਿਸਲਣ ਵਾਲੀ ਹੈ, ਕਹਿੰਦੇ ਖੁੱਲਣਾ ਮੇਰੇ ਵਰਗੀ ਨੇ ਇਹਦੇ ਬਟਨ ਕੇ ਸਾਥ ਖੁੱਲਣਾ, ਮੈਂ ਅੰਜ ਧੱਕੇ ਲਾਉਣ ਦੀ ਹਾਏ ਫਾਂ ਤੂੰ ਨਾ, ਤੇ ਮੈਂ ਤੇ ਅੰਦਰ ਢੱਕੀ ਰਹਿਣਾ ਸੀ। ਹੈਂ ਹਾਏ ਹੋਏ ਹੋਏ, ਸੂਰਜ ਤੇ ਫੁੱਲ ਬਟਾ ਫੁੱਲ। ਫੌਜੀ ਭਾਈ ਜਾ ਰਹੇ ਨੇ, ਫੌਜੀ ਨੇ ਗੱਡੀਆਂ ਵੇਖੇ ਕਿ ਇਹੋ ਜਿਹੀਆਂ ਨੇ ਇੱਥੇ ਸਾਧਨ ਸਾਧੀਆਂ ਵੀ ਬਹੁਤ ਏ। ਕਿਉਂ ਕਿਆ ਲਾਈਓ ਪੱਖਾ? ਹਾਂ ਲਾਈਓ, ਮੈਂ ਦੇਤੀ ਠਹਿਰੋ। 32 ਕੀ ਕਹਿੰਦੇ ਟੈਂਪਰੇਚਰ ਆ ਅੱਜ, ਤੇ ਬਹੁਤ ਹੀਟ, ਬਹੁਤ ਜ਼ਿਆਦਾ। ਮੈਂ ਤਾਂ ਸ਼ਾਮ 'ਚ ਖਲੋ, ਉਹਨਾਂ ਨੇ ਦਰਵਾਜ਼ਾ ਖੋਲਿਆ ਵੇ, ਗੱਡੀ ਗਰਮ ਹੈ, ਜ਼ਰਾ ਠੰਡੀ ਹੋ ਲੇ। ਵੀ ਆ ਗਿਆ ਜਿੱਥੇ ਕੱਲ੍ਹ ਨਹੀਂ ਸੀ ਉੱਥੇ, ਮੈਂ ਕਿਹਾ ਬਾਜ਼ਾਰ ਲੱਗਾ, ਨਹੀਂ ਅੱਜ ਨਹੀਂ ਜੀ ਲੱਗਾ।